سنة 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 سنة
Okay.
Thank you.
نكون عدو عبيد
ਨਹੀਂ ਲੱਭਿਆ ਹੈ। ਪਰ ਜਿਨ੍ਹਾਂ ਦੇ ਨਾਂ ਤੇ ਇਹ ਕਾਲਜ ਹੈ ਉਹਨਾਂ ਨੇ ਲੱਭਿਆ, ਜਿਨ੍ਹਾਂ ਦੇ ਨਾਮ ਤੇ ਇਹ ਸ਼ਹਿਰ ਹੈ ਉਹਨਾਂ ਨੇ ਲੱਭਿਆ। ਪਰ ਉਹਨਾਂ ਨੇ ਸਾਨੂੰ ਸੁਨੇਹਾ ਦਿੱਤਾ ਉਸ ਖਾਸ ਪ੍ਰਭੂ ਦਾ ਕਿ ਜੇ ਵੱਡੇ ਵੱਡੇ ਡਾਕਟਰ ਸਾਹਿਬਾਨ ਸਾਨੂੰ ਵੀ ਮਿਲਣ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ, ਬਹੁਤ ਸੀਰੀਅਸ ਕੇਸ ਹੋਵੇ, ਕੋਈ ਪਰਿਵਾਰ 10 ਲੱਖ 20 ਲੱਖ 1 ਕਰੋੜ ਦੀ ਰਾਸ਼ੀ ਕੋਲ ਰੱਖ ਕੇ ਆਖੇ ਕਿ ਇਸਨੂੰ ਮਰੀਜ਼ ਨੂੰ ਬਚਾ ਦਿਓ, ਉਹ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਪਰਮਾਤਮਾ ਦੇ ਹੱਥ। ਤੁਸੀਂ ਕਹੋਗੇ ਅਸੀਂ ਕੋਸ਼ਿਸ਼ ਕਰਾਂਗੇ, ਅੱਗੇ ਪਰਮਾਤਮਾ ਦੇ ਹੱਥ ਹੈ, ਪਰਮਾਤਮਾ ਦੇ ਹੱਥ 'ਚ ਹੈ, ਪਰ ਤੁਸੀਂ ਵੀ ਪਰਮਾਤਮਾ ਦੀ ਖੋਜ ਨਹੀਂ ਕੀਤੀ। ਸਤਿਗੁਰੂ ਜੀ ਕਹਿੰਦੇ ਔਖਦ ਆਏ ਰਾਸ ਵਿੱਚ ਆਪ ਹੋਵਾ, ਉਹ ਔਖਦ ਉਹ ਦਵਾਈ ਉਹ ਮੈਡੀਸਨ ਕੰਮ ਕਰੇਗੀ। ਜਦੋਂ ਤੁਸੀਂ ਇਕਾਗਰਤਾ ਵੱਸ ਹੋ ਕੇ ਉਸ ਸਰਵ ਸ਼ਕਤੀਮਾਨ ਪ੍ਰਭੂ ਪਰਮਾਤਮਾ ਨੂੰ ਯਾਦ ਕਰਕੇ ਆਪਣਾ ਕਾਰਜ ਆਰੰਭ ਹੋ ਗਏ, ਆਪਰੇਸ਼ਨ ਸਫਲ ਹੋ ਜਾਵੇ ਤੇ ਫਿਰ ਵੀ ਡਾਕਟਰ ਸਾਹਿਬਾਨ ਇਹ ਕਹਿ ਦਿੰਦੇ ਕਿ ਪਰਮਾਤਮਾ ਦੀ ਕਿਰਪਾ ਨਾਲ ਵੀ ਸਫਲ ਹੋ ਜਾਂਦਾ। ਪੜ੍ਹਾਈ ਤੁਸੀਂ ਪੜ੍ਹੀ, ਆਪਰੇਸ਼ਨ ਤੁਸੀਂ ਕੀਤਾ, ਪਰ ਇਹਨੂੰ ਸਫਲਤਾ ਦੇਣ ਵਾਲਾ ਕੋਈ ਹੋਰ ਹੈ। ਇਹਦੇ ਵਾਸਤੇ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇਸ ਸੰਸਾਰ ਤੋਂ ਉਦਾਸ ਹੋਏ, ਮਾਤਾ ਨੇ ਬੜੇ ਔੜ ਪੌੜ ਕੀਤੇ ਕਿ ਮੇਰਾ ਬੇਟਾ ਬੋਲਦਾ ਨਹੀਂ, ਮੇਰਾ ਬੇਟਾ ਇਕਾਗਰ ਰਹਿੰਦਾ ਹੈ, ਇਹ ਹਰ ਵਕਤ ਇਕਾਂਤ ਭਾਲਦਾ। ਬੜੇ ਬੜੇ ਵੈਦ ਹਕੀਮ ਉਹਨਾਂ ਨੂੰ ਸੱਦ ਕੇ, ਆਯੁਰਵੈਦਿਕ ਦੇ ਵਿੱਚ ਇੱਕ ਸਾਧਨ ਹੈ ਨਾੜੀ ਜੋ, ਉਹ ਸਾਡੀ ਨਬਜ਼ ਨੂੰ ਵੇਖ ਕੇ ਸਾਡੇ ਰੋਗ ਬੁੱਝ ਲੈਂਦੇ ਨੇ, ਇਹ ਬੁੱਝ ਲੈਂਦੇ ਨੇ ਤੁਸੀਂ ਕੱਲ੍ਹ ਕੀ ਖਾਧਾ ਸੀ, ਪਰਸੋਂ ਕੀ ਖਾਧਾ ਸੀ। ਆਯੁਰਵੈਦ ਦੇ ਵਿੱਚ ਇਹ ਸਾਧਨ ਹੈ। ਦਵਾਈ ਦਿੱਤੀ ਜੇ ਮਰੀਜ਼ ਉਹਦੀ ਉਲੰਘਣਾ ਕਰਕੇ, ਜੇ ਉਹਨਾਂ ਨੇ ਕਿਹਾ ਹਰੀ ਮਿਰਚ ਜਾਂ ਲਾਲ ਮਿਰਚ ਨਹੀਂ ਖਾਣੀ, ਉਹ 3 ਦਿਨ ਪਹਿਲੇ ਖਾ ਲਵੇ ਤੇ ਵੈਦ ਦੱਸ ਦਿੰਦੇ ਨੇ ਤੂੰ 3 ਦਿਨ ਪਹਿਲੇ ਲਾਲ ਮਿਰਚ ਖਾਧੀ ਸੀ, ਤੈਨੂੰ ਕਿਹਾ ਸੀ ਨਹੀਂ ਖਾਣੀ, ਤੇਰੇ ਰੋਗ ਦਾ ਇਲਾਜ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਤੂੰ ਪਰਹੇਜ਼ ਨਹੀਂ ਰੱਖਿਆ, ਤੈਨੂੰ ਕਿਹਾ ਸੀ ਤੂੰ ਨਹੀਂ ਕੀਤਾ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਮਾਤਾ ਜੀ ਨੇ ਬੜੇ ਵੈਦਾਂ ਹਕੀਮਾਂ ਨੂੰ ਦਿਖਾਇਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਵਚਨ ਉਚਾਰਨ ਕੀਤੇ, ਵੈਦ ਬੁਲਾਇਆ ਵੈਦ ਕੀ ਅਕੜ ਟੰਡੋਲੇ ਬਾਹਾਂ, ਕਹਿੰਦੇ ਵੈਦ ਨੇ ਮੇਰੀ ਬਾਂਹ ਫੜੀ, ਮੇਰਾ ਰੋਗ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਉਹ ਰੋਗ ਉਹ ਕਸ਼ਿਸ਼ ਇਹ ਸੀ ਕਿ ਦੁਨੀਆਂ 'ਤੇ ਸੁੱਖ ਕਿਵੇਂ ਵਾਪਰੇ, ਦੁਨੀਆਂ 'ਤੇ ਸੁੱਖ ਕਿਸ ਤਰ੍ਹਾਂ ਵਰਤੇ। ਉਸ ਅਕਾਲ ਪੁਰਖ ਪ੍ਰਭੂ ਤੋਂ ਅਸੀਂ ਸਾਰੇ ਟੁੱਟੇ ਹਾਂ, ਹਾਂ ਤੇ ਉਹਦਾ ਹੀ ਰੂਪ ਕਿ ਜੋ ਮਨੁੱਖ ਸਾਡਾ ਸਰੀਰ ਪ੍ਰਭੂ ਨੇ ਬਣਾਇਆ ਹੈ। ਗੁਰਬਾਣੀ ਇਹ ਕਹਿੰਦੀ ਹੈ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਬਣਿਆ ਦੇ, ਸਾਰੀਆਂ ਜੋਨੀਆਂ ਦਾ ਤੂੰ ਸਰਦਾਰ ਹੈ, ਸਭ ਤੋਂ ਸਿਰਮੌਰ ਹੈ, ਬੜਾ ਚੰਗਾ ਵੀ ਹੈ, ਬੜਾ ਪੈਦਾ ਵੀ। ਤਾਂ ਉਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ, ਉਹ ਕਹਿੰਦੇ ਮੇਰੀ ਲਿਵ ਉਸ ਨਿਰੰਕਾਰ ਨਾਲ ਹੈ,
ਜੇ ਉਹਦੀ ਕੋਈ ਪ੍ਰੀਤ ਦੀ ਗੱਲ ਸੁਣਾਵੇ ਤਾਂ ਮੇਰਾ ਚਾਹ ਰੋਗ ਦੂਰ ਹੋ ਸਕਦਾ ਹੈ। ਤੇਰੀ ਦਵਾਈ ਨਾਲ ਤੇਰੇ ਦੱਸੇ ਹੋਏ ਪ੍ਰਹੇਜ਼ ਦੇ ਨਾਲ ਮੇਰਾ ਇਹ ਰੋਗ ਦੂਰ ਨਹੀਂ ਹੋਏਗਾ। ਸੋ ਸਤਿਗੁਰੂ ਜੀ ਨੇ ਸ਼੍ਰੀ ਆਸਾ ਜੀ ਦੀ ਵਾਰ ਦੀ ਬਾਣੀ ਦੇ ਵਿੱਚ ਸਾਨੂੰ ਇਹ ਦੱਸਿਆ ਹੈ, ਜ਼ਿੰਦਗੀ ਜਿਉਣ ਦਾ ਸਾਧਨ ਦੱਸਿਆ ਹੈ ਕਿ ਬੰਦੇ ਸੇ ਜੇ ਪਵਨ ਵਿੱਚ ਬੰਦੀ ਵੇਖਣ ਪੌਦੀ ਦਾ। ਆਪਣੀ ਜ਼ਿੰਦਗੀ ਵਿੱਚ ਸੁਚੱਜੇ ਨਿਯਮ ਅਪਣਾ ਕੇ ਮਨੁੱਖਤਾ ਦੇ ਭਲੇ ਦੀ ਅਰਦਾਸ ਬੇਨਤੀ ਕਰਕੇ ਹਰ ਵਕਤ ਧਰਮ ਨਾਲੋਂ ਧਾਰਮਿਕਤਾ ਪਹਿਲ ਦੇ ਆਧਾਰ ਤੇ ਰੱਖ ਕੇ ਜਦੋਂ ਅਸੀਂ ਜਿਉਵਾਂਗੇ ਤਾਂ ਸਾਡਾ ਜੀਵਨ ਸਫਲ ਹੋਏਗਾ, ਸਾਡਾ ਆਉਣਾ ਇੱਥੇ ਸਫਲ ਹੋਏਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਬਾਣੀ ਦਾ ਚਿੰਤਨ ਕਰਕੇ ਜਦੋਂ ਅਸੀਂ ਜ਼ਿੰਦਗੀ ਜਿਉਵਾਂਗੇ ਤਾਂ ਸਾਡਾ ਜੀਵਨ ਜਿਉਣ ਦਾ ਢੰਗ ਉਹ ਕੁਝ ਵੱਖਰਾ ਹੋਵੇਗਾ। ਸੋ ਆਪ ਜੀ ਧੰਨ ਦਾ ਯੋਗ ਹੋ। ਆਪਾਂ ਸਾਰੇ ਦੂਸਰੀ ਬੇਨਤੀ ਕਿ ਜਿਸ ਤਰ੍ਹਾਂ ਦਾ ਸੱਚ ਨੂੰ ਬੋਲਣ ਦੀ, ਸੱਚ ਨੂੰ ਕਹਿਣ ਦੀ ਹਿੰਮਤ ਜ਼ਰੂਰ ਰੱਖਿਆ ਕਰੋ। ਉਹ ਭਾਵਾਂ ਕਿਸੇ ਇੱਕ ਫਿਰਕੇ ਲਈ, ਇੱਕ ਕਮਿਊਨਿਟੀ ਲਈ ਕੋਈ ਝੂਠ ਬੋਲ ਰਿਹਾ ਹੋਵੇ, ਕੋਈ ਪ੍ਰਾਪੇਗੰਡਾ ਕਰ ਰਿਹਾ ਹੋਵੇ, ਇਹ ਜੋ ਮਨੁੱਖ ਜਾਤੀ ਸਾਡੀ ਇਸ ਧਰਤੀ 'ਤੇ ਵੰਡੀ ਹੈ, ਖੱਤਰੀ ਬ੍ਰਹਿਮਣ ਸੂਰ ਵੈਸ, ਇਹਨਾਂ ਨੂੰ ਪਾਸੇ ਕਰਕੇ ਇਹਨਾਂ ਤੋਂ ਉੱਪਰ ਉੱਠ ਕੇ ਜਿਸ ਤਰ੍ਹਾਂ ਆਪਾਂ ਪਹਿਲਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਪੜ੍ਹੇ ਸਨ ਕਿ ਸਾਚ ਕਹੋ ਸੁਣ ਲਿਹੋ ਸਭ ਹੈ, ਤਿੰਨ ਪ੍ਰੇਮ ਕੀਓ ਤਿੰਨ ਹੀ ਆਇਓ। ਇਹ ਦੁਨੀਆ ਬਹੁਤ ਵੱਡੀ ਹੈ, ਬਹੁਤ ਲੰਬੀ ਚੌੜੀ ਹੈ, ਪਰ ਬਹੁਤ ਛੋਟੀ ਵੀ ਹੈ। ਅੱਜ ਅਸੀਂ ਦੁਨੀਆ ਦੇ ਕਿਸੇ ਕੋਨੇ 'ਤੇ ਬੈਠ ਕੇ ਗੱਲਬਾਤ ਤੇ ਛੱਡੋ, ਮੈਡੀਕਲ ਸਾਇੰਸ ਇੱਥੋਂ ਤੱਕ ਪਹੁੰਚ ਗਈ ਕਿ ਆਸਟ੍ਰੇਲੀਆ ਅਮੈਰੀਕਾ 'ਚ ਬੈਠਾ ਹੋਇਆ ਡਾਕਟਰ ਇੱਥੇ ਆਪਰੇਸ਼ਨ ਕਰਦੇ, ਔਰ ਸਾਡੇ ਦੇਖਦਿਆਂ ਦੇਖਦਿਆਂ ਇਹ ਅੱਗੇ ਪਤਾ ਨਹੀਂ ਕਿੱਥੋਂ ਤੱਕ ਜਾਏਗੀ। ਪਰ ਇਹ ਗੁਰੂ ਸਾਹਿਬ ਕਹਿੰਦੇ ਨੇ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤੱਤ ਹੈ ਸਤਿਗੁਰੂ ਗ੍ਰੰਥ ਸਾਹਿਬ। ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਐਸਾ ਸਿੰਘਾਸਨ ਹੈ ਜਿੱਥੇ ਖੱਤਰੀ ਵੀ ਬੈਠਾ, ਬ੍ਰਾਹਮਣ ਵੀ ਬੈਠਾ, ਸ਼ੂਦਰ ਵੀ ਬੈਠਾ, ਪਰ ਪ੍ਰੈਕਟੀਕਲ ਜੀਵਨ ਵਿੱਚ ਅਸੀਂ ਸਾਰੇ ਵੰਡੇ ਹੋਏ, ਅਸੀਂ ਸਾਰੇ ਇੱਕ ਦੂਜੇ ਦੇ ਵਿਰੋਧੀ ਹਾਂ, ਸਾਰੇ ਇੱਕ ਦੂਜੇ 'ਤੇ ਦੋਸ਼ ਲਾਉਂਦੇ ਹਾਂ। ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਲੋ, ਹਿੰਦੂ ਤੁਰਕ ਕੋ ਰਾਤ ਦੀ ਇਮਾਮ ਸਾਖੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਲੋ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ। ਆਪਸੀ ਪ੍ਰੇਮ ਵਧਾਈਏ, ਇਹਦੇ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਸੁੱਖ ਮਹਿਸੂਸ ਕਰਨਗੀਆਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ, ਕਾਰਨ ਕਰਨ ਹਰੀ ਕਿਰਪਾ ਕਰ ਰਹੀ। ਸੋ ਆਓ ਆਪਾਂ ਇੱਕ ਸ਼ਬਦ ਚੜ੍ਹਦੀ ਕਲਾ ਦਾ, ਹਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਚਨ, ਦੇਹ ਸ਼ਿਵਾ ਵਰਮੋ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਟਰੂ ਨਾ ਟਰੂ, ਅਰਸੋ ਜਪ ਜਾਏ ਨੂਰੂ ਨਿਸ਼ਚੈ ਕਰ ਆਪਣੀ ਜੀਤ ਕਰੂੰ, ਅਰ ਸਿੱਖੋ ਆਪਣੇ ਹੀ ਮਨ ਤੋਂ ਇਹ ਲਾਲ ਚਹੋਂ ਗੁਣ ਕਾਉ ਉਤਰੂ, ਜਬ ਆਓ ਕੀ ਔਦਨ ਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੂੰ। ਦਾਸਰੇ ਸ਼ਬਦ ਦੇ ਨਾਲ ਇੱਕ ਜਕਾਰਾ ਵੀ ਲਾਉਣਗੇ। ਸਾਰਿਆਂ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਉੱਚੀ ਸੁਰ ਵਿੱਚ ਜਕਾਰੇ ਦਾ ਜਵਾਬ ਦੇਣਾ ਹੈ, ਉਸ ਤੋਂ ਉਪਰੰਤ ਆਪਾਂ ਕੀਰਤਨ ਦੇ ਇਹ ਦੀਵਾਨ ਨੇ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਰੀ ਕਰਕੇ ਫਿਰ ਸੰਪੂਰਨਤਾ ਵੱਲ ਵਧਾਂਗੇ।
Santa Clara, Santa
किज न बुझे किज न सुझे दुनिया बुझी पाए कहते कि दुनिया एक बुझी अग की तरह जड़ी अंदरों अंदर टुक रही है काम क्रोध लोभ मोह अहंकार आसा कृष्णा की अग में ऐसे संसार में हे प्रभु हे अकाल पुरख गरीब गरीब नवाज जी मैनू कोई सूझ नहीं कोई बूझ नहीं कि ऐसे संसार विच मेरा पार उतारा किस तरह होए। अगे बाबा जी उच्चारण करते ने कि फिर मैनू मेरा मुर्शद मेरा गुरु मेरा गरीब नवाज सच्चा पातशाह मिलिया उन्हें मैनू एक सोझी बख्शिश की वह सोझी की सी उस तन श्री गुरु ग्रंथ साहब महाराज जी का पावन पवित्र वचन उन्होंने मैनू ये लड़ लाया जे मैं तन श्री गुरु ग्रंथ साहब महाराज जी के वचना के नाल ना जुड़ता ये साए हेठ ये पल्ले हेठ ना आता तो हम भी दजा आए मैं भी इस संसार की अग में सर्वाधिक कोले हो जाना सी सो आओ धन धन बाबा फरीद साहब जी के पावन पवित्र बचन अरदास रूप में आप सारे पांच को मिनट का यह शब्द है सारे इस तरह एकाग्रता प्रशिश करो नाही तहम पीत चाहे
साई मेरे चंगा की तरह नाही तहम तीर्थ चाहे साई मेरे चंगा की नाही तहम तीर्थ ترجمة نانسي قنقر.
ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ।